ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ। ਅੱਜ ਬਣਾਵਾਂਗੇ ਆਪਾਂ ਲੰਗਰ ਵਾਲੀ ਦਾਲ। ਕਈ ਵਾਰ ਸਾਡਾ ਬਹੁਤ ਹੀ ਮਨ ਕਰਦਾ ਕਿ ਅਸੀਂ ਲੰਗਰ ਵਾਲੀ ਦਾਲ ਖਾਈਏ, ਉਸ ਟਾਈਮ 'ਤੇ ਤੁਸੀਂ ਘਰ ਵਿੱਚ ਇਹ ਵਾਲੀ ਦਾਲ ਬਣਾ ਕੇ ਤਿਆਰ ਕਰ ਸਕਦੇ ਹੋ, ਬਹੁਤ ਜ਼ਰਾ ਟੇਸਟੀ ਲੱਗਦੀ ਹੈ। ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦਾ ਛਕਦੇ ਹਾਂ, ਲੰਗਰ ਦੇ ਵਿੱਚ ਦਾਲ ਹਮੇਸ਼ਾ ਹੀ ਹੁੰਦੀ ਹੈ, ਜਿਹੜੀ ਕਿ ਸਭ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ। ਬਹੁਤ ਹੀ ਪਿਆਰ, ਬਹੁਤ ਹੀ ਸ਼ਰਧਾ ਨਾਲ ਆਪਾਂ ਇਹ ਵਾਲੀ ਦਾਲ ਬਣਾ ਕੇ ਤਿਆਰ ਕਰਾਂਗੇ। ਜੇਕਰ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈੱਲ ਆਈਕਨ ਨੂੰ ਜੋ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਅਤੇ ਆਓ ਲੰਗਰ ਵਾਲੀ ਦਾਲ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ। ਲੰਗਰ ਵਾਲੀ ਦਾਲ ਜ਼ਿਆਦਾਤਰ ਮਾਂ ਛੋਲਿਆਂ ਦੀ ਹੀ ਬਣਦੀ ਹੈ। ਇੱਥੇ ਮੈਂ ਮਾਂ ਲਏ ਹਨ 1.5 ਕੱਪ, ਅਤੇ ਮਾਂ ਜਿਹੜੇ ਹਨ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਵਾਸ਼ ਕਰਨਾ ਹੈ। ਘੱਟ ਤੋਂ ਘੱਟ 4 ਤੋਂ 5 ਵਾਰੀ ਆਪਾਂ ਚੰਗੀ ਤਰ੍ਹਾਂ ਮਲ ਮਲ ਕੇ ਇਹਨਾਂ ਨੂੰ ਵਾਸ਼ ਕਰਾਂਗੇ। ਇਹਨਾਂ ਵਿੱਚੋਂ ਬਹੁਤ ਜ਼ਿਆਦਾ ਕਾਲਾ ਪਾਣੀ ਨਿਕਲਦਾ ਹੈ, ਜਿਹੜਾ ਕਿ ਸਾਡੀ ਸਿਹਤ ਵਾਸਤੇ ਬਿਲਕੁਲ ਖਰਾਬ ਹੁੰਦਾ ਹੈ, ਅਤੇ ਉਹਦੇ ਨਾਲ ਦਾਲ ਵੀ ਜਿਹੜੀ ਬਹੁਤ ਜ਼ਿਆਦਾ ਕਾਲੀ ਜਿਹੀ ਬਣ ਕੇ ਤਿਆਰ ਹੁੰਦੀ ਹੈ। ਆਪਾਂ ਚੰਗੀ ਤਰ੍ਹਾਂ ਵਾਸ਼ ਕਰਾਂਗੇ, ਦਾਲ ਦਾ ਕਲਰ ਜਿਹੜਾ ਹੈ ਬਹੁਤ ਜ਼ਿਆਦਾ ਲਾਈਟ ਜਿਹਾ ਗ੍ਰੀਨ ਜਿਹਾ ਨਿਕਲ ਕੇ ਆਏਗਾ। ਅਤੇ 1/2 ਕੱਪ ਇੱਥੇ ਮੈਂ ਚਨਾ ਦਾਲ ਲਈ ਹੈ। ਦਾਲ ਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਵਾਸ਼ ਕਰ ਲਵਾਂਗੇ। ਅਤੇ ਮਾਂ ਜਿਹੜੇ ਹਨ ਇਹਨਾਂ ਨੂੰ ਮੈਂ 4 ਤੋਂ 5 ਵਾਰੀ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਮਲ ਮਲ ਕੇ ਵਾਸ਼ ਕੀਤਾ ਸੀਗਾ। ਉਸ ਤੋਂ ਬਾਅਦ ਮੈਂ ਇਹਨੂੰ ਭਿਉਂ ਕੇ ਰੱਖ ਦਿੱਤਾ ਸੀਗਾ। 5 ਤੋਂ 6 ਘੰਟੇ ਇਹਨੂੰ ਭਿਉਂ ਕੇ ਰੱਖੇ ਨੂੰ ਹੋ ਗਏ ਹਨ। ਅਤੇ ਚਨਾ ਦਾਲ ਜਿਹੜੀ ਹੈ ਇਹਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀਗਾ, ਅਤੇ ਇਹਨੂੰ ਮੈਂ 2 ਘੰਟੇ ਪਹਿਲਾਂ ਪਾਣੀ ਵਿੱਚ ਭਿਉਂ ਦਿੱਤਾ ਸੀਗਾ। ਮਾਂ ਤੁਸੀਂ ਦੇਖ ਸਕਦੇ ਹੋ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਭਿਉਂਏ ਸੀਗੇ। ਮਾਂ ਆਪਣੇ ਬਿਲਕੁਲ ਜਿਹੜੇ ਹਨ ਵਿੱਚੋਂ ਇਹਨਾਂ ਦਾ ਕਲਰ ਹਰਾ ਹਰਾ ਨਿਕਲ ਕੇ ਆਇਆ ਹੈ, ਬਹੁਤ ਹੀ ਵਧੀਆ ਸਾਫ਼ ਸੁਥਰੇ ਆਪਣੇ ਮਾਂ ਇਹ ਹੁਣ ਤਿਆਰ ਹਨ। ਤੁਸੀਂ ਜਦੋਂ ਵੀ ਮਾਂ ਦੀ ਦਾਲ ਬਣਾਓ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਚਨਾ ਦਾਲ ਯਾਨੀ ਕਿ ਛੋਲਿਆਂ ਦੀ ਦਾਲ ਮੈਂ 2 ਘੰਟੇ ਪਹਿਲਾਂ ਪਾਣੀ 'ਚ ਭਿਉਂ ਦਿੱਤੀ ਸੀਗੀ। ਤੁਸੀਂ ਦੇਖ ਸਕਦੇ ਹੋ ਦਾਲ ਕਾਫ਼ੀ ਆਪਣੀ ਫੁੱਲ ਗਈ ਹੈ। ਹੁਣ ਆਪਾਂ ਦਾਲ ਦਾ ਇਹ ਵਾਲਾ ਪਾਣੀ ਕੱਢ ਦੇਵਾਂਗੇ। ਦਾਲ ਦਾ ਸਾਰਾ ਐਕਸਟਰਾ ਪਾਣੀ ਮੈਂ ਕੱਢ ਦਿੱਤਾ ਹੈ। ਹੁਣ ਮੈਂ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਕਿ ਦਾਲ ਜਦੋਂ ਬਣਾਉਣੀ ਹੁੰਦੀ ਹੈ ਬਿਲਕੁਲ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇੱਕਦਮ ਹਰਾ ਹਰਾ ਇਹਦੇ ਵਿੱਚੋਂ ਕਲਰ ਨਿਕਲ ਕੇ ਆਇਆ ਹੈ, ਕਾਲਾ ਕਲਰ ਇਹਦਾ ਬਿਲਕੁਲ ਖਤਮ ਹੋ ਚੁੱਕਾ ਹੈ। ਹੁਣ ਆਪਣੀ ਦਾਲ ਜਿਹੜੀ ਹੈ ਬਣਾਉਣ ਵਾਸਤੇ ਬਿਲਕੁਲ ਤਿਆਰ ਹੈ। ਦਾਲ ਨੂੰ ਆਪਾਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ, ਕਿਉਂਕਿ ਦਾਲ ਜਿਹੜੀ ਹੈ ਇਹਨੂੰ ਥੋੜ੍ਹਾ ਟਾਈਮ ਲੱਗਦਾ ਹੈ ਪੱਕਣ ਵਾਸਤੇ। ਦਾਲ ਨੂੰ ਹੁਣ ਆਪਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਦੇਵਾਂਗੇ। ਨਾਲ ਹੀ ਆਪਾਂ ਚਨਾ ਦਾਲ ਵੀ ਇਹਦੇ ਵਿੱਚ ਐਡ ਕਰ ਦੇਵਾਂਗੇ। ਇੱਕ ਵਾਰੀ ਚਮਚ ਨਾਲ ਇਹਨੂੰ ਆਪਾਂ ਇਸ ਤਰੀਕੇ ਨਾਲ ਸੈੱਟ ਕਰ ਦੇਵਾਂਗੇ। ਸਵਾਦ ਅਨੁਸਾਰ ਇਹਦੇ ਵਿੱਚ ਨਮਕ ਪਾਇਆ ਹੈ, ਇੱਥੇ ਮੈਂ 1/4 ਚਮਚ ਨਮਕ ਦਾ ਲਿਆ ਹੈ। 1/2 ਚਮਚ ਲਾਲ ਮਿਰਚ ਦਾ ਪਾਊਡਰ ਪਾਵਾਂਗੇ। ਚਮਚ ਦਾ 1/4 ਹਿੱਸਾ ਹਲਦੀ ਪਾਵਾਂਗੇ। ਹਰੀ ਮਿਰਚ ਕੱਟ ਕੇ ਇਹਦੇ ਵਿੱਚ ਪਾ ਦੇਵਾਂਗੇ, ਤੁਸੀਂ ਮਿਰਚ ਆਪਣੇ ਹਿਸਾਬ ਨਾਲ ਪਾ ਸਕਦੇ ਹੋ। 1 ਚਮਚ ਇਹਦੇ ਵਿੱਚ ਲਸਣ ਵੀ ਕੱਟ ਕੇ ਪਾ ਦੇਵਾਂਗੇ। ਇਸ ਦਾਲ ਵਿੱਚ ਲਸਣ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। 1 ਚਮਚ ਵੀ ਕੱਟ ਕੇ ਅਦਰਕ ਪਾਵਾਂਗੇ। ਦਾਲ ਨੂੰ ਬਹੁਤ ਜ਼ਿਆਦਾ ਫਲੇਵਰਫੁੱਲ ਬਣਾਉਣ ਵਾਸਤੇ ਇਹਦੇ ਵਿੱਚ ਕੁਝ ਆਪਾਂ ਸਾਬੁਤ ਮਸਾਲੇ ਪਾਵਾਂਗੇ। 2 ਇਹਦੇ ਵਿੱਚ ਆਪਾਂ ਤੇਜ਼ ਪੱਤਾ ਪਾ ਦੇਵਾਂਗੇ, 1 ਵੱਡੀ ਇਲਾਇਚੀ ਅਤੇ ਬਿਲਕੁਲ ਛੋਟੀ ਜਿਹੀ ਆਪਾਂ ਦਾਲਚੀਨੀ ਦੀ ਟੁਕੜੀ ਇੱਥੇ ਵਿੱਚ ਪਾ ਦੇਵਾਂਗੇ। 2 ਕੱਪ ਦਾਲ ਦੇ ਹਨ ਇਹਦੇ ਵਿੱਚ ਆਪਾਂ 6 ਕੱਪ ਪਾਣੀ ਦੇ ਐਡ ਕਰ ਦੇਵਾਂਗੇ, ਅਤੇ ਜ਼ਰੂਰਤ ਪੈਣ 'ਤੇ ਆਪਾਂ ਬਾਅਦ ਵਿੱਚ ਪਾਣੀ ਇਹਦੇ 'ਚ ਹੋਰ ਪਾ ਸਕਦੇ ਹਾਂ। 2 ਚਮਚ ਇਹਦੇ ਵਿੱਚ ਦੇਸੀ ਘਿਓ ਦੀ ਪਾਵਾਂਗੇ। 1 ਤਾਂ ਦਾਲ ਦਾ ਟੇਸਟ ਵੱਧ ਜਾਂਦਾ ਹੈ, 2 ਦਾਲ ਜਦੋਂ ਬੋਇਲ ਹੁੰਦੀ ਹੈ ਤਾਂ ਬਾਹਰ ਨਹੀਂ ਆਉਂਦੀ। ਹੁਣ ਆਪਾਂ ਪ੍ਰੈਸ਼ਰ ਕੁੱਕਰ ਦਾ ਟੱਕਣ ਲਗਾ ਦੇਵਾਂਗੇ, ਅਤੇ ਨਾਲ ਹੀ ਆਪਾਂ ਇਹਦੀ ਵਿਸਲ ਵੀ ਲਗਾ ਦੇਵਾਂਗੇ। ਪ੍ਰੈਸ਼ਰ ਕੁੱਕਰ ਨੂੰ ਹੁਣ ਮੈਂ ਗੈਸ ਦੇ ਉੱਪਰ ਰੱਖਿਆ ਹੈ, ਤਾਂ ਆਪਾਂ 2 ਵਿਸਲ ਲਗਾਵਾਂਗੇ। ਦੋ ਵਿਸਲਾਂ ਆ ਗਏ ਹਨ, ਹੁਣ ਆਪਾਂ ਫਲੇਮ ਨੂੰ ਲੋਅ ਕਰ ਦੇਵਾਂਗੇ ਅਤੇ ਦਾਲ ਨੂੰ ਆਪਾਂ 20 ਮਿੰਟ ਵਾਸਤੇ ਲੋਅ ਫਲੇਮ ਦੇ ਉੱਪਰ ਪਕਾ ਲਵਾਂਗੇ। ਦਾਲ ਨੂੰ ਹੁਣ ਮੈਂ ਇੱਥੇ 20 ਮਿੰਟ ਹੋਰ ਪਕਾ ਲਿਆ ਹੈ। ਤੁਸੀਂ ਦੇਖ ਸਕਦੇ ਹੋ ਆਪਣੇ ਆਪ ਇਹਦਾ ਜਿਹੜਾ ਪ੍ਰੈਸ਼ਰ ਉਹ ਵੀ ਨਿਕਲ ਗਿਆ ਹੈ। ਹੁਣ ਆਪਾਂ ਪ੍ਰੈਸ਼ਰ ਕੁੱਕਰ ਖੋਲ੍ਹ ਕੇ ਦੇਖਦੇ ਹਾਂ। ਦਾਲ ਆਪਣੀ ਹੁਣ ਬਿਲਕੁਲ ਪਰਫੈਕਟ ਪੱਕ ਚੁੱਕੀ ਹੈ, ਦਾਲ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ। ਹਾਲੇ ਆਪਾਂ ਇਹਦੇ ਵਿੱਚ ਪਾਣੀ ਐਡ ਨਹੀਂ ਕਰਾਂਗੇ, ਪਾਣੀ ਆਪਾਂ ਬਾਅਦ ਵਿੱਚ ਇਹਦੇ ਵਿੱਚ ਐਡ ਕਰ ਦੇਵਾਂਗੇ, ਅਤੇ ਚੰਗੀ ਤਰ੍ਹਾਂ ਆਪਾਂ ਕੜਛੀ ਨਾਲ ਇਸ ਤਰੀਕੇ ਨਾਲ ਦਾਲ ਨੂੰ ਮਿਕਸ ਕਰਾਂਗੇ। ਅਤੇ ਸਾਬੁਤ ਮਸਾਲੇ ਸਾਰੇ ਆਪਾਂ ਦਾਲ ਵਿੱਚੋਂ ਬਾਹਰ ਕੱਢ ਦੇਵਾਂਗੇ।
एक बार दाल आप कड़छी में चंगी तरह इस तरीके घोट देवे दाल की कंसिस्टेंसी इस तरीके बहुत ज़्यादा वधिया हो जाती है। तो हूँ आप दाल में ढक के रख देवे दूजे पास आप तड़का लगा लवेंगे। हूँ मैं गैस के उपर एक खुला पतीला रखा है ये आप दाल का तड़का लगावे ये पावे आप छे चम्मच देसी घ्यो दे तड़का देसी घ्यो में ही वधिया लगता है। तो घ्यो हूँ गर्म हो गया है ये आप अद्धा चम्मच जीरा पा देवे तो जीरे को आप हल्का जहा सुनहरा होने तक फ्राई करा। हूँ आप पावे ब्रिक कटिया हुआ लसन एक चम्मच ब्रिक कटिया हुआ अदरक पा देवे तो लसन अदरक पा के आप लाइट जहा गोल्डन होने तक फ्राई कर लवेंगे ताकि लसन का कच्चापन खत्म हो जाए। अदरक लसन हल्का जहा लाइट गोल्डन हो गया है। हूँ आप ब्रीक कटिया हुआ प्याज पावे इतने मैं दो प्याज बिल्कुल ब्रीक कट के ले हन। तो प्याज नूं आपां चंगी तरह फ्राई करना है आपां लाइट जा गोल्डन होने तक प्याज नूं भी फ्राई करना है इहदे विच बिल्कुल भी कच्चा पन नहीं रहना चाहिए। प्याज नूं आपां लगातार मीडियम फ्लेम ते इस तरीके नाल फ्राई कर लवेंगे। तुसीं देख सकते हो प्याज का कलर जिहड़ा हल्का जहा चेंज हो गया है। हले आपां इहनूं थोड़ा जहा होर फ्राई कर लवेंगे। हुण प्याज का कलर लाइट जहा गोल्डन होया है हल्का जहा हले आपां इहनूं होर फ्राई करांगे ताकि थोड़ा जहा ब्राउनिश हो जाए क्योंकि जे प्याज कच्चा रहेगा तो उसकी चैन आपां नूं आएगी जिहड़ी कि बिल्कुल वधिया नहीं लगती। इस तरीके नाल आपां चंगी तरह प्याज नूं लगातार हिलाते हुए भुन लवेंगे। हुण प्याज का कलर बहुत ही वधिया गोल्डन जिहा आ गया है। तुसीं देख सकते हो किन्ना ज़्यादा वधिया लग रहा है एकदम अपने प्याज बहुत ही वधिया फ्राई हो गए हैं। हुण इहदे विच कुछ मसाले पावांगे। सब तो पहला पावांगे अद्धा चम्मच कश्मीरी लाल मिर्च का चम्मच का चौथा हिस्सा पावांगे हल्दी पाउडर अद्धा चम्मच पावांगे धनिया पाउडर। मसाले पाउण वाले मैं फ्लेम बिल्कुल लो कर दिता सीगा तो मसाले सिर्फ आप 15 सैकेंड वास्ते इस तरीके ना भुनांगे। हुण इहदे विच आपां ब्रीक कट के टमाटर पावांगे दो ब्रीक कट के इत्थे मैं टमाटर लिया हन वड्डे टमाटर इत्थे मैं यूज़ किए हैं। जे तुहाडे कोल छोटे टमाटर होण तुसीं 3 तों 4 भी लै सकते हो। तो टमाटर आपां चंगी तरह सॉफ्ट होने तक पका लवेंगे। टमाटर आप इस तरीके ना चंगी तरह मैश करते हुए बिल्कुल सॉफ्ट कर लवेंगे। तो तड़के के हिसाब का ये आप नमक पावे इतने मैं बिल्कुल थोड़ा जहा चम्मच का चौथा हिस्सा नमक लिया है तो नमक पा के आप तड़के चंगी तरह इस तरीके भुनेंगे। तड़का अपना बहुत वधिया हुण तैयार हो गया है। तड़के ने हुण घ्यो छड़ता है तुसीं देख सकते हो बहुत ही वधिया अपना दाल का तड़का तैयार हो गया है। हुण आपां तड़के विच उबाली हुई दाल पा देवांगे। चंगी तरह मिक्स कर लवेंगे। दाल हले अपनी काफ़ी गाढ़ी है इहदे विच आपां थोड़ा पानी पावांगे। एक पासे मैं गैस उपर 1 कप पानी का उबलन वास्ते रखा हुआ है। उबाल के ही पानी पाउणा है ठंडा पानी आपां इहदे विच यूज़ नहीं करांगे। तुसीं 1 तों 2 कप पानी तो इहदे विच होर पा सकते हो। तो गर्म पानी का 1 कप मैं प्रैशर कुकर विच पा के प्रैशर कुकर धो के तो दाल दे विच पा दिता है। हुण आपां चंगी तरह मिक्स करांगे। हुण आपां फ्लेम नूं जिहड़ा है इत्थे मीडियम रखांगे। दाल बिल्कुल अपनी सही है आपां इस तरह की ही दाल चाहिए क्योंकि लंगर की दाल बहुत ज़्यादा पतली या बहुत ज़्यादा गाढ़ी नहीं होंगी इस तरह की ही दाल होंगी है। हुण आपां इहदे विच थोड़ा जिहा गर्म मसाला भी पा देवांगे तो एक बार फिर तो आपां इहनूं मिक्स कर देवांगे। तो दाल नूं आपां ढक के पकावांगे सिर्फ 2 तों 3 मिनट लई ताकि इहनूं एक बार फिर तो बॉयल आ जाए क्योंकि इहदे विच आपां पानी पाया है। दाल नूं इत्थे मैं 2-3 मिनट बस पकाया है। दाल अपनी बहुत वधिया देख सकते हो वधिया तरीके नाल बन चुकी है एकदम अपनी परफेक्ट दाल बन के तैयार है। इहनूं आपां चंगी तरह इस तरीके नाल हिलावांगे। तुसीं दाल दा कलर देख सकते हो किन्ना ज़्यादा वधिया आया है बहुत ही डिलीशियस दाल बन के तैयार हुई है। थोड़ा जहा इस ब्रीक कट के हरा धनिया पावांगे। एक बार धनिया पा के भी इन्हों आप मिक्स करांगे। तुसी देख सकते हो दाल कितनी ज़्यादा लाजवाब बन के तैयार हुई है बहुत ज़रा टेस्टी दाल बनी है।
ਤੁਸੀਂ ਇਸ ਦਾਲ ਨੂੰ ਰੋਟੀ ਪਰਾਂਠੇ ਚਾਵਲਾਂ ਵੀ ਖਾ ਸਕਦੇ ਹੋ। ਬਹੁਤ ਜ਼ਰਾ ਮਜ਼ੇਦਾਰ ਲੱਗਦੀ ਹੈ। ਜੋ ਤੁਸੀਂ ਇਸ ਤਰੀਕੇ ਨਾਲ ਦਾਲ ਬਣਾਓਗੇ ਤੁਹਾਨੂੰ ਖਾਣ ਦਾ ਮਜ਼ਾ ਆ ਜਾਏਗਾ ਅਤੇ ਹਮੇਸ਼ਾ ਇਸੇ ਤਰ੍ਹਾਂ ਹੀ ਬਣਾਓਗੇ। ਅਤੇ ਦਾਲ ਨੂੰ ਆਪਾਂ ਬਹੁਤ ਹੀ ਪੁਰਾਣੇ ਤਰੀਕੇ ਨਾਲ ਇੱਕਦਮ ਦੇਸੀ ਤਰੀਕੇ ਨਾਲ ਸਰਵ ਕਰਾਂਗੇ। ਇੱਥੇ ਮੈਂ ਛੰਨੇ ਦੇ ਵਿੱਚ ਦਾਲ ਨੂੰ ਸਰਵ ਕੀਤਾ ਹੈ। ਦਾਲ ਨੂੰ ਹੋਰ ਵੀ ਜ਼ਰਾ ਟੇਸਟੀ ਬਣਾਉਣ ਵਾਸਤੇ ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਗਰਮ ਕਰਕੇ ਦੇਸੀ ਘਿਓ ਦਾ ਪਾਵਾਂਗੇ। ਸਾਡੀ ਲੰਗਰ ਵਾਲੀ ਦਾਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ। ਬੜੇ ਪਿਆਰ ਨਾਲ ਆਪਾਂ ਦਾਲ ਨੂੰ ਬਣਾ ਕੇ ਤਿਆਰ ਕੀਤਾ ਹੈ। ਤੁਹਾਨੂੰ ਮੇਰੀ ਲੰਗਰ ਵਾਲੀ ਦਾਲ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਲੱਗਿਆ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਅਤੇ ਤੁਸੀਂ ਮੇਰੇ ਤਰੀਕੇ ਨਾਲ ਇਹ ਦਾਲ ਜ਼ਰੂਰ ਟਰਾਈ ਕਰਾਂ, ਤੁਹਾਨੂੰ ਖਾਣ ਦਾ ਮਜ਼ਾ ਆ ਜਾਏਗਾ। ਤਾਂ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਅਤੇ ਹੈਲਦੀ ਰੈਸਪੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।